ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹੁਣ ਆਪਾਂ ਆਏ ਹਾਂ ਜੀ ਉਸ ਸਥਾਨ 'ਤੇ, ਜਿਸ ਸਥਾਨ 'ਤੇ ਮਾਤਾ ਗੁਜਰ ਕੌਰ ਜੀ ਅਤੇ ਸਾਹਿਬਜ਼ਾਦਿਆਂ ਨੂੰ ਗੰਗੂ ਬ੍ਰਾਹਮਣ ਲੈ ਕੇ ਆਇਆ ਸੀ। ਇਹ ਉਸਦਾ ਘਰ ਹੈ ਜੀ। ਹੁਣ ਆਪਾਂ ਉਸ ਸਥਾਨ ਦੇ ਵੀ ਦਰਸ਼ਨ ਕਰਾਂਗੇ ਜਿਸ ਸਥਾਨ 'ਤੇ ਅਟਕੀ ਸੀ ਜੀ। ਇਹ ਸੋਹਣਾ ਉੱਚਾ ਨਿਸ਼ਾਨ ਸਾਹਿਬ ਜੀ, ਇਹ ਹੈ ਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ, ਜਿਸ ਦਾ ਸਕਰੀਨਸ਼ੋਟ ਲੈ ਕੇ ਤੁਸੀਂ ਇਸਨੂੰ ਪੜ੍ਹ ਸਕਦੇ ਹੋ ਜੀ। ਸੰਖੇਪ ਇਤਿਹਾਸ ਗੁਰਦੁਆਰਾ ਸ਼੍ਰੀ ਅਟਕ ਸਾਹਿਬ ਦੇ ਜੀ। ਆਓ ਦਰਬਾਰ ਸਾਹਿਬ ਦੇ ਅੰਦਰ ਚੱਲੀਏ ਜੀ ਅਤੇ ਦਰਸ਼ਨ ਕਰੀਏ ਜੀ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਜੀ। ਇਹ ਆ ਜੀ ਉਹ ਘਰ ਗੰਗੂ ਦਾ, ਜਿਸ ਜਗ੍ਹਾ 'ਤੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਰੁਕੇ ਸਨ ਜੀ। ਅੱਜ ਉਸ ਜਗ੍ਹਾ 'ਤੇ ਪ੍ਰਕਾਸ਼ ਕੀਤਾ ਹੋਇਆ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜੀ। ਜੀ ਇਤਿਹਾਸਿਕ ਮੰਜਾ ਜਿਸ ਉੱਤੇ ਮਾਤਾ ਗੁਜਰ ਕੌਰ ਜੀ ਅਤੇ ਸਾਹਿਬਜ਼ਾਦੇ ਸੁੱਤੇ ਸਨ ਜੀ। ਇਹ ਗੰਗੂ ਬ੍ਰਾਹਮਣ ਦਾ ਘਰ ਸੀ ਜੀ। ਇਹ ਉਹ ਮੰਜਾ ਆ ਜੀ। ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜੀ ਨਵੀਂ ਇਮਾਰਤ ਬਣ ਰਹੀ ਆ। ਇਸ ਗੁਰਦੁਆਰਾ ਸਾਹਿਬ ਦੀ ਟਰੱਸਟ ਬਣੀ ਹੋਈ ਆ ਜੀ, ਜਿਹਦੇ ਮੁੱਖ ਸੇਵਾਦਾਰ ਨੇ ਭਾਈ ਨਿਰਮਲ ਸਿੰਘ ਜੀ। ਜਿਹੜੀ ਸੰਗਤ ਨੂੰ ਬੇਨਤੀ ਆ ਵੱਧ ਤੋਂ ਵੱਧ ਜੀ ਮਾਇਆ ਦਾ ਯੋਗਦਾਨ, ਸਮਿੰਟ ਦਾ, ਇੱਟਾਂ ਦਾ, ਜੋ ਵੀ ਤੁਸੀਂ ਪਾ ਸਕਦੇ ਹੋ ਜੀ, ਵੱਧ ਤੋਂ ਵੱਧ ਯੋਗਦਾਨ ਪਾਓ ਜੀ, ਤਾਂ ਜੋ ਇਸ ਬਣ ਰਹੀ ਨਵੀਂ ਇਮਾਰਤ ਦਾ ਕੰਮ ਜੀ ਸਿਰੇ ਚੜ੍ਹ ਸਕੇ ਜੀ। ਇੱਕ ਟਰੱਸਟ ਚਲਾ ਰਹੀ ਆ ਜੀ, ਪਰ ਇਹਨਾਂ ਨੂੰ ਸਹਿਯੋਗ ਨਹੀਂ ਹੈਗਾ ਕਿਸੇ ਦਾ ਵੀ ਜੀ। ਬਈ ਜਿਹੜੀ ਸੰਗਤ ਨੂੰ ਬੇਨਤੀ ਆ ਵੱਧ ਤੋਂ ਵੱਧ ਜੀ ਸਾਥ ਦਿਓ ਇਸ ਟਰੱਸਟ ਦਾ ਜੀ, ਅਤੇ ਇਸ ਦਰਬਾਰ ਸਾਹਿਬ ਦਾ ਜੀ ਕੰਮ ਮੁਕੰਮਲ ਹੋ ਸਕੇ ਜੀ। ਗੰਗੂ ਬ੍ਰਾਹਮਣ ਐਡਾ ਬੇਈਮਾਨ ਹੋ ਗਿਆ ਸੀ, ਜਦੋਂ ਨਾ ਉਹ ਮਾਤਾ ਗੁਜਰ ਕੌਰ ਜੀ ਅਤੇ ਸਾਹਿਬਜ਼ਾਦਿਆਂ ਨੂੰ ਘਰ ਲੈ ਕੇ ਆਇਆ ਆ, ਉਹਨੇ ਮੋਹਰਾਂ ਦੇਖ ਲਈਆਂ, ਤਾਂ ਉਹਨੇ ਆਪਣੀ ਮਾਤਾ ਨੂੰ ਕਿਹਾ ਵੀ ਤੂੰ ਖੀਰ ਬਣਾ, ਵੀ ਮੈਂ ਜ਼ਹਿਰ ਲੈ ਕੇ ਆਉਂਦਾ ਹਾਂ, ਵੀ ਆਪਾਂ ਖੀਰ ਦੇ ਵਿੱਚ ਇਹਨਾਂ ਨੂੰ ਜ਼ਹਿਰ ਪਾ ਕੇ ਮਾਰ ਦਿੰਦੇ ਹਾਂ। ਤਾਂ ਗੰਗੂ ਦੀ ਮਾਤਾ ਨੇ ਗੰਗੂ ਨੂੰ ਕਿਹਾ ਸੀ ਵੀ ਗੰਗੂਆ ਕਹਿਰ ਨਾ ਕਮਾ, ਇੱਦਾਂ ਨਹੀਂ ਕਰੀਦਾ ਹੁੰਦਾ ਜਿਵੇਂ ਤੂੰ ਕਰ ਰਿਹਾ। ਪਰ ਉਹ ਬੇਈਮਾਨ ਬੰਦਾ ਕਿੱਥੇ ਟਲਿਆ ਜੀ, ਉਹਨੇ ਫਿਰ ਜਾ ਕੇ ਸ਼ਿਕਾਇਤਾਂ ਕੋਤਵਾਲੀ ਮੋਰਿੰਡਾ ਸਾਹਿਬ ਕਰ ਦਿੱਤੀਆਂ ਸਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗ੍ਹਾ ਦਾ ਇਤਿਹਾਸ ਆਇਆ ਜੀ, ਅਸੀਂ ਆਹ ਨਿਸ਼ਾਨ ਸਾਹਿਬ ਲੱਗਿਆ ਹੋਇਆ 500 ਸਾਲ ਪੁਰਾਣਾ ਜੀ, ਇਹ 5-6 ਸਾਲ ਪੁਰਾਣਾ ਜੀ, ਇਹ ਮਹਾਰਾਜ ਦੇ ਟਾਈਮ ਦਾ ਜੀ, ਜੱਦਾ ਜੀ, ਇਹ ਜੱਦਾ ਗੰਗੂ ਆਇਆ ਜੀ। ਇਹ ਗੰਗੂ ਕਾਈ ਨੌਰ ਤੇ ਨਾ ਗੰਗੂ ਦੇ ਨਾਨਕੇ, ਗੰਗੂ ਬ੍ਰਾਹਮਣ ਪਾਪੀ ਦੇ ਜੀ, ਉਹ ਪਰ ਕਾਈ ਨੌਰ ਤੇ ਆਇਆ ਹੋਇਆ ਜੀ। ਇੱਥੇ ਖੱਚਰਾਂ, ਦੋ ਖੱਚਰਾਂ ਦੀਆਂ ਜਿਹੜੀਆਂ ਮਾਇਆ ਦੀਆਂ ਦੱਬੀਆਂ ਲਿਆਂਦੀਆਂ ਹੋਈਆਂ, ਗੈ ਲਾਈਆਂ ਮਗਰ ਤੇ, ਚਲੋ ਮਾਫੀ ਤੇ, ਉਹ ਇੱਥੇ ਇੱਥੇ ਮਾਇਆ ਉਹਨੇ ਖੋਲ੍ਹ ਕੇ ਕਚਰਾ ਗੱਲ 'ਤੇ ਦੱਬਤੀ, ਅਤੇ ਇੱਥੇ ਕਚਰਾਂ ਦੀ ਇੱਥੇ ਸਮਾ ਗਈਆਂ, ਹੋ ਜਾਣੀ ਗਾਹਾਂ ਗਈਆਂ ਨਹੀਂ ਆ, ਗਾਹਾਂ ਦਾ ਗੰਗੂ ਬ੍ਰਾਹਮਣੇ ਗਿਆ, ਉਹ ਜਗ੍ਹਾ ਜੀ ਇਹ, ਉਹ ਜਗ੍ਹਾ ਦਾ ਸਥਾਨ ਹੈ। ਜਾਣੀ ਜਿਹੜੀ ਪਾਪ ਦੀ ਕਮਾਈ ਹੋਈ ਮਾਇਆ ਹੁੰਦੀ ਆ ਜੀ, ਉਹ ਬੰਦੇ ਨੂੰ ਵੀ ਡੋਬਦੀ ਆ ਤੇ ਆਪ ਵੀ ਨਹੀਂ ਰਹਿੰਦੀ ਜੀ, ਪਰ ਉਹਦੀ ਰਹਿ ਗਈ ਜੀ। ਪ੍ਰਤੱਖ ਆ ਜੀ ਇਹ ਸਥਾਨ ਜੀ, ਇਹ ਜਗ੍ਹਾ ਜੀ, ਨਾ ਤਾਂ ਗੰਗੂ ਰਿਹਾ ਜੀ, ਨਾ ਉਹ ਪਾਪ ਦੀ ਕੀਤੀ ਹੋਈ ਉਹਦੀ ਕਮਾਈ ਰਹੀ, ਕਮਾਈ ਰਹੀ ਹੈ ਜੀ। ਇਸ ਲਈ ਬੰਦੇ ਨੂੰ ਹਮੇਸ਼ਾ ਹੱਕ ਸੱਚ ਦੀ ਕਮਾਈ ਹੀ ਕਰਨੀ ਚਾਹੀਦੀ ਆ ਜੀ। ਇਸ ਸਥਾਨ ਦੇ ਉੱਤੇ ਆਓ ਜੀ, ਦਰਸ਼ਨ ਕਰੋ ਜੀ, ਨਿਸ਼ਾਨ ਸਾਹਿਬ ਲੱਗਿਆ ਹੋਇਆ ਜੀ, ਸਥਾਨ ਬਣਿਆ ਹੋਇਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹੁਣ ਆਪਾਂ ਆਏ ਹਾਂ ਜੀ ਉਸ ਸਥਾਨ 'ਤੇ, ਜਿਸ ਸਥਾਨ 'ਤੇ ਗੰਗੂ ਬ੍ਰਾਹਮਣ ਨੇ ਚੋਰੀ ਕੀਤੀ ਹੋਈ ਮਾਇਆ, ਜੋ ਕਿ ਉਸਨੇ ਮਾਤਾ ਗੁਜਰ ਕੌਰ ਜੀ ਦੀ ਮੂਹਰਾਂ ਚੜਾਈਆਂ ਸਨ, ਉਹਨਾਂ ਨੂੰ ਇਸ ਸਥਾਨ 'ਤੇ ਲਿਆ ਕੇ ਦੱਬਿਆ ਸੀ ਜੀ। ਆਓ ਇਸ ਸਥਾਨ ਦੇ ਦਰਸ਼ਨ ਕਰਦੇ ਹਾਂ ਜੀ ਅਤੇ ਇਤਿਹਾਸ ਬਾਰੇ ਜਾਣੀਏ ਜੀ। ਆਓ ਚੱਲੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
एक आई सहेड़ी पिंड इतने चार इतिहासिक स्थान है भाई जी। संघ 4 अगस्त में इतने अं आए संगत सू सहेड़े दियाँ लेके आईया स्थान बन रहा भाई। फिर मैं बजुर्गों पूछया इतने सहेड़ी पिंड के बजुर्गों पूछया भी इतने का इतिहास की आ भी बाबा जी का इतिहासिक स्थान कहते होंगे से फिर उन्होंने इतिहास नहीं दसिया कहते इतिहासिक स्थान बनना वो गल गुप्त रख के इतिहास वाली। फिर इतने पिंड के बजुर्गों ने पूछया जोड़े 100-100 साल तो उपर होए थे यदा नाव सहेड़ी वाले इनू नानकियाणा कहते सारे नानकियाणा नाव लेंदे नानकियाणा। मैं क्या भी क्या इतिहास है इतने जानी मैं अपने बजुर्गों से भी सुनता हूँ सी साढ़े दादे पड़दाद्या नस्ल पर भी खच्चर दियाँ माया दियाँ खच्चर पर माया लदी हुई थी भी जरा गंगो ब्राह्मण ने फिर इतने ये माया जी इतने दब दिती भी इतने चोआ ल चोआ चलता हों इतें भी चोए के इतने बेचे चोवे दे माया गंगू ने रात को दब दिती सी। फिर माता ने कहा भी भाई ज माया कितने रखती ही रात को माता जी कह कह लगे भाई तो माया कितने रख ली कहने मैं मैं थोनों पिला दिता ना तुम मैं चोर कहते हैं माता ने तो देख ही लिया सारा कुछ पता तो उन्होंने हाँ वो इतने वो स्थान यदा एक मतलब यदा इतिहास का एक ये बचा हों भी इतने भी म गंगू ने माया दब दिती सी बनाओ ता ही गुप्त खजाना रखे गुरद्वारा। वाहेगुरू जी का खालसा वाहेगुरू जी की फतेह। ये जी गुरुद्वारा साहिब की नवी बिल्डिंग बन रही है जी तुम वध तो वध योगदान पाओ कार सेवा दे विच ताकि इस बिल्डिंग का काम छेती ही संपूर्ण हो सके जी। ये है जी नवी बिल्डिंग जो तैयार हो रही है जी इत्थे धन धन श्री गुरु ग्रंथ साहिब जी महाराज जी का प्रकाश होगा जी बिल्डिंग के संपूर्ण होने तो बाद जी अस्थान एक बहुत सोहना बनया होया जी। इस वीडियो में इत्थे करते हैं समाप्त जी। माता गुजर कौर जी अते छोटे साहबजाद्यां दी वीडियो थोनों किवें लगी कमेंट करके जरूर दस्यो। वीडियो नूं लाइक चैनल सबसक्राइब अते बैल आइकन दबना ना भुल्यो जी। वाहेगुरू जी का खालसा वाहेगुरू जी की फतेह जी।